ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦ ਧਰਮ ਦੀ ਚਾਦਰ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਹੀਦੀ ਗੁਰਪੁਰਬ, ਇਸ ਬੰਦ ਵਿੱਚ ਮੈਂ ਆਪਣੀ ਕਵਿਤਾ ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ, ਜਿਸ ਵਿੱਚ ਅਨੰਦਪੁਰ ਸਾਹਿਬ ਦੀ ਉਸ ਘਟਨਾ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਹੈ, ਜਦੋਂ ਔਰੰਗਜ਼ੇਬ ਦੇ ਸਤਾਏ ਹੋਏ ਕਸ਼ਮੀਰੀ ਪੰਡਿਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਰਨ ਅਨੰਦਪੁਰ ਸਾਹਿਬ ਪਹੁੰਚੇ ਅਤੇ ਆਪਣੀ ਧਰਮ ਦੀ ਰੱਖਿਆ ਵਾਸਤੇ ਪੁਕਾਰ ਕੀਤੀ। ਤਾਂ ਕਵਿਤਾ ਦਾ ਸਿਰਲੇਖ ਹੈ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ। ਤਾਂ ਕਵਿਤਾ ਹੈ, ਨਾਮੇ ਸਤਿਗੁਰ ਤੇਗ ਬਹਾਦਰ ਆਨੰਦਪੁਰ ਵਿੱਚ ਜੋਤ ਜਗਾਵਣ, ਦਰਸ਼ਨ ਪਰਸਨ ਸਰਸਨ ਦੇ ਲਈ ਦੂਰ ਦੂਰ ਤੋਂ ਸੰਗਤਾਂ ਆਵਣ, ਮੁਕਤੀ ਭਗਤੀ ਸ਼ਕਤੀ ਇੱਥੇ ਮੂੰਹੋਂ ਮੰਗੇ ਵਰ ਮਿਲਦੇ ਨੇ, ਮਿਲਦਾ ਤਾਣ ਨਿਤਾਣਿਆਂ ਤਾਈ ਨੇ ਘਰਿਆਂ ਨੂੰ ਘਰ ਮਿਲਦੇ ਨੇ, ਉਪਮਾ ਸਿਫਤ ਲਖੀ ਨਹਿ ਜਾਏ, ਵੱਡ ਉੱਚਾ ਗੁਰੂ ਨਾਨਕ ਦਾ ਦਰ, ਨੌ ਨਿੱਧਾਂ ਉਸ ਹੋਣ ਪ੍ਰਾਪਤ ਜੋ ਸਿਮਰੇ ਗੁਰੂ ਤੇਗ ਬਹਾਦਰ। ਇੱਕ ਦਿਨ ਸਜੇ ਦੀਵਾਨ ਦੇ ਅੰਦਰ ਪੰਡਿਤਾਂ ਦਾ ਇੱਕ ਟੋਲਾ ਆਇਆ, ਆ ਠੱਠਾ ਸਤਿਗੁਰ ਦੀ ਚਰਨੀ ਨੈਣੋਂ ਸ਼ਮ ਸ਼ਮ ਨੀਰ ਵਹਾਇਆ, ਦੁਖੀਏ ਅਰਜ ਗੁਜਾਰਨ ਲੱਗੇ ਹੱਥ ਬੰਨ ਗਲ ਪੱਲੂ ਪਾ ਕੇ, ਦੁੱਖ ਦਰਦ ਅਰ ਮਨ ਕੀ ਵਿਰਥਾ ਆਖਣ ਲੱਗੇ ਖੋਲ ਸੁਣਾ ਕੇ, ਦਾਤਾ ਜੀਓ ਕਰਨ ਬੇਨੰਤੀ ਅਸੀਂ ਪੰਡਿਤ ਕਸ਼ਮੀਰੋਂ ਆਏ, ਧਰਮ ਸਾਡਾ ਸੰਕਟ ਅੰਦਰ ਕੋਈ ਨਹੀਂ ਜੋ ਰਾਹ ਦਿਖਲਾਏ, ਦਿੱਲੀ ਪਤੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਅੱਤ ਹੈ ਚਾਈ, ਉਸਦੇ ਜ਼ੁਲਮਾਂ ਥੀ ਚੌਂ ਤਰਫੀ ਮੱਚ ਗਈ ਹੈ ਹਾਲ ਦੁਹਾਈ, ਕਹਿੰਦਾ ਕਿ ਇਸਲਾਮ ਧਰਮ ਦਾ ਮੈਂ ਝੰਡਾ ਬਰਦਾਰ ਹਾਂ ਬਣਿਆ, ਮੇਰੀ ਰਾਹ ਵਿੱਚ ਬਣੀ ਰੁਕਾਵਟ ਕਿਸੇ ਮਾਈ ਪੁੱਤਰ ਨਹੀਂ ਜਣਿਆ, ਮੇਰੇ ਰਾਜ ਦੇ ਕੁੱਲ ਬਾਸ਼ਿੰਦੇ ਇੱਕ ਅੱਲਾਹ ਦਾ ਨਾਮ ਲੈਣਗੇ, ਹੋਵਣਗੇ ਜੋ ਸ਼ਰ੍ਹਾਂ ਤੋਂ ਆਕੀ ਉਹ ਭਾਰੀ ਸੰਤਾਪ ਸਹਿਣਗੇ, ਕਹਿੰਦਾ ਚਾਹੇ ਰਾਜੀ ਹੋਵੋ ਚਾਹੇ ਤੁਸੀਂ ਹੋਵੋ ਇਨਕਾਰੀ, ਹਰ ਸੂਰਤ ਵਿੱਚ ਲਾਣੀ ਪੈਣੀ ਇੱਕ ਦਿਨ ਤੁਸਾਂ ਰਸੂਲ ਥੀ ਯਾਰੀ, ਆਕਾ ਦੀ ਖੁਸ਼ਨੂਦੀ ਖਾਤਰ ਵੱਧ ਚੜ੍ਹ ਹੁਕਮ ਵਜਾਣ ਕਰਿੰਦੇ, ਜੋ ਮੁਹੰਮਦੀ ਸ਼ਰ੍ਹਾਂ ਤੋਂ ਬਾਗੀ ਜ਼ੁਲਮ ਤਸ਼ੱਦ ਢਾਣ ਦਰਿੰਦੇ, ਜੋਰੋ ਜਬਰੀ ਜੰਜੂ ਲਾਹੁਣ ਮੱਥਿਓਂ ਤਿਲਕ ਮਿਟਾਈ ਜਾਂਦੇ, ਬਹੂ ਬੇਟੀਆਂ ਜੋ ਜੀ ਆਵਣ ਚੁੱਕ ਹਰਮਾਂ ਵਿੱਚ ਪਾਈ ਜਾਂਦੇ, ਐਸਾ ਹੀ ਖੂੰਖਾਰ ਹੈ ਹਾਕਮ ਸ਼ੇਰ ਅਫਗਨ ਸੂਬਾ ਕਸ਼ਮੀਰ, ਜਿਸ ਦੀ ਨਾ ਫੁਰਮਾਨੀ ਕਰਨਾ ਜਾਣੋ ਚੁੰਮਣਾ ਹੈ ਸ਼ਮਸ਼ੀਰ, ਐਸਾ ਹੀ ਖੂੰਖਾਰ ਹੈ ਹਾਕਮ ਸ਼ੇਰ ਅਫਗਨ ਸੂਬਾ ਕਸ਼ਮੀਰ, ਜਿਸ ਦੀ ਨਾ ਫੁਰਮਾਨੀ ਕਰਨਾ ਜਾਣੋ ਚੁੰਮਣਾ ਹੈ ਸ਼ਮਸ਼ੀਰ, ਟੱਲਾਂ ਦੀ ਆਵਾਜ਼ ਬੰਦ ਹੈ ਬਾਂਗਾਂ ਦੀ ਅਜਾਨ ਸ਼ੁਰੂ ਹੈ, ਵੇਦ ਪੁਰਾਨਾ ਜਾਪਨਾ ਕਿਧਰੇ ਤਾਲੀ ਮਾਤ ਕੁਰਾਨ ਸ਼ੁਰੂ ਹੈ, ਉਸਰ ਰਹੀਆਂ ਖੂਬ ਮਸੀਤਾਂ ਮੰਦਰਾਂ ਨੂੰ ਮਿਸਮਾਰ ਹੈ ਕੀਤਾ, ਦਿੱਲੀ ਦਾ ਦਿਲ ਜਿੱਤਣ ਦੇ ਲਈ ਸੂਬਾ ਹੋਇਆ ਹੈ ਬਦਨੀਤਾ, ਸਨਾਤਨ ਧਰਮ ਅਤੇ ਸੰਸਕ੍ਰਿਤੀ ਦੇ ਅਸੀਂ ਮਹਾਂਪੰਡਿਤ ਅਰ ਗਿਆਨੀ ਕੁੱਲ ਸੰਸਾਰ ਦੇ ਵਿੱਚ ਉਜਾਗਰ ਸਾਡੀ ਸਮਝ ਅਤੇ ਬੁੱਧੀਮਾਨੀ। ਕਸ਼ਮੀਰੀ ਪੰਡਿਤ ਕਹਿ ਰਹੇ ਨੇ, ਸਨਾਤਨ ਧਰਮ ਅਤੇ ਸੰਸਕ੍ਰਿਤੀ ਦੇ
ਅਸੀਂ ਮਹਾਂਪੰਡਿਤ ਅਗਿਆਨੀ ਕੁੱਲ ਸੰਸਾਰ ਦੇ ਵਿੱਚ ਉਜਾਗਰ ਸਾਡੀ ਸਮਝ ਤੇ ਬੁੱਧੀਮਾਨੀ ਸੂਬਾ ਤਾਈਓ ਚਿਤ ਰਿਹਾ ਏ ਜੇ ਪੰਡਤਾਂ ਨੂੰ ਕਰਨਾ ਰਾਜੀ ਸੂਬਾ ਤਾਈਓ ਚਿਤ ਰਿਹਾ ਏ ਜੇ ਪੰਡਤਾਂ ਨੂੰ ਕਰਨਾ ਰਾਜੀ ਮੁਲਕ ਤਮਾਮ ਤੁਰੇਗਾ ਮਗਰੇ ਜਿੱਤੀ ਜਾਏਗੀ ਕੁੱਲ ਬਾਜੀ ਅਸੀਂ ਅਹਿੰਸਾ ਦੇ ਅਨੁਆਈ ਅਸੀਂ ਨਿਤਾਣੇ ਅਸੀਂ ਨਿਮਾਣੇ ਕਿੰਜ ਲੁੱਟਿਆ ਸਾਨੂੰ ਧਾੜਵੀਆਂ ਨੇ ਦੇਸ ਨਹੀਂ ਕੁੱਲ ਦੁਨੀਆਂ ਜਾਣੇ ਐਪਰ ਤੱਕ ਤੱਕ ਧਰਮ ਦੀ ਹਾਨੀ ਸਾਡਾ ਜੀਣ ਹਰਾਮ ਹੈ ਹੋਇਆ ਕੀ ਥੁੜਿਆ ਐਸੇ ਜੀਵਨ ਬਾਝੋਂ ਜੀਵਨ ਦਾ ਜਦ ਮਕਸਦ ਖੋਇਆ ਐਸੇ ਹੀ ਸੰਕਲਪ ਰਿਦੇ ਲੈ ਸ਼ੰਕਰ ਜੀ ਦੀ ਸ਼ਰਨ ਗਏ ਸਾਂ ਧਰਮ ਹਾਰ ਜੀਣਾ ਜਾਂ ਮਰਨਾ ਦੋ ਟੁੱਕ ਨਿਰਣਾ ਕਰਨ ਗਏ ਸਾਂ ਐਪਰ ਸਾਨੂੰ ਅਮਰਨਾਥ ਤੋਂ ਏਸੀ ਮਿਲੀ ਅਮਰ ਅਗਵਾਨੀ ਪਹੁੰਚੋ ਗੁਰੂ ਨਾਨਕ ਦੇ ਦੁਆਰੇ ਜੇ ਚਾਹੋ ਕੋਈ ਸੇਧ ਨੂਰਾਨੀ ਐਪਰ ਸਾਨੂੰ ਅਮਰਨਾਥ ਤੋਂ ਮਿਲੀ ਸੀ ਇਹ ਅਮਰ ਅਗਵਾਨੀ ਪਹੁੰਚੋ ਗੁਰੂ ਨਾਨਕ ਦੇ ਦੁਆਰੇ ਜੇ ਚਾਹੋ ਕੋਈ ਸੇਧ ਨੂਰਾਨੀ ਆਸ਼ਾ ਦੀ ਇਸ ਕਿਰਨ ਸਹਾਰੇ ਜੰਗਲ ਬੇਲੇ ਗਾਉਂਦੇ ਹੋਏ ਉੱਠਦੇ ਡਿੱਗਦੇ ਢਹਿੰਦੇ ਹੋਏ ਥਾਂ ਥਾਂ ਪੁੱਛ ਪੁਛਾਉਂਦੇ ਹੋਏ ਗੁਰੂ ਨਾਨਕ ਦੇ ਦੁਆਰੇ ਉੱਤੇ ਪੁੱਜ ਹੀ ਗਏ ਅਸੀਂ ਆਖਿਰਕਾਰ ਹੋਏ ਆਨੰਦਿਤ ਦਰਸ਼ਨ ਕਰਕੇ ਖੁਸ਼ੀਆਂ ਹੋਈਆਂ ਅਪਰ ਅਪਾਰ ਸੁਣਿਆ ਹੈ ਤੁਸਾਂ ਮੱਖਣ ਸ਼ਾਹ ਦੇ ਡੁੱਬਦੇ ਬੇੜੇ ਤਾਰੇ ਹੈ ਸਨ ਸੁਣਿਆ ਹੈ ਤੁਸਾਂ ਮੱਖਣ ਸ਼ਾਹ ਦੇ ਡੁੱਬਦੇ ਬੇੜੇ ਤਾਰੇ ਹੈ ਸਨ ਰਜਵਾੜੇ ਨਿਸਤਾਰੇ ਹੈ ਸਨ ਪੀਰ ਫਕੀਰ ਉਭਾਰੇ ਹੈ ਸਨ ਅਸੀਂ ਵੀ ਵੱਡੀ ਆਸ਼ਾ ਲੈ ਕੇ ਢੱਠੇ ਤੇਰੇ ਦੁਆਰ ਹਾਂ ਸਾਈਂ ਝੋਲ ਸਾਡੀ ਰਹੇ ਨਾ ਖਾਲੀ ਕਰ ਮਿਹਰਾਮਤ ਆਸ ਪੁਜਾਈ ਪਤ ਮਤ ਦੇ ਦਾਤੇ ਸਵਾਮੀ ਮਤ ਪਤ ਕੇ ਰਾਖੇ ਸਵਾਮੀ ਧਰਮ ਤੁਜਾ ਗੁਰ ਪਰਉਪਕਾਰੀ ਰਾਖੋ ਰਾਖਣ ਹਾਰ ਦਿਆਲਾ ਗੁਰ ਗੋਪਾਲਾ ਸ਼ਰਨ ਤਿਹਾਰੀ ਮਾਰੋ ਚਾਹੇ ਉਭਾਰੋ ਦਾਤਾ ਸਾਡਾ ਕੋਈ ਜੋਰ ਨਹੀਂ ਹੈ ਐਪਰ ਚੌਹਾਂ ਕੂੰਟਾਂ ਅੰਦਰ ਤੁਧ ਬਿਨ ਸਾਡਾ ਹੋਰ ਨਹੀਂ ਹੈ ਦਰਦ ਮੰਦਾਂ ਦੀਆਂ ਆਹੀ ਸੁਣ ਕੇ ਸਾਹਿਬ ਮਿਹਰਬਾਨ ਰਤਨਾਗਰ ਕਿੱਕਰ ਰੁਕੇ ਧਰਮ ਦੀ ਹਾਨੀ ਸੋਚ ਰਹੇ ਸਤਿਗੁਰ ਸੁਖ ਸਾਗਰ ਇਹਨੇ ਵਿੱਚ ਬਾਲਾ ਪ੍ਰੀਤਮ ਜੀ ਵੇਖੋ ਗੁਰਦਰਬਾਰ 'ਚ ਆਏ ਨਾਲ ਹਾਣੀਆਂ ਦੀ ਹੈ ਟੋਲੀ ਤਾਰਿਆਂ ਵਿੱਚ ਜਿਉਂ ਚੰਨ ਸੁਹਾਏ ਰੋਜ਼ ਵਾਂਗ ਜਦ ਸੀਸ ਨਿਵਾ ਕੇ ਸਤਿਗੁਰ ਨੂੰ ਗਲਵੱਕੜੀ ਪਾਈ ਨਿਸ ਦਿਨ ਵਾਕਰ ਪਿਆਰ ਆਸੀਸਾਂ ਦੀ ਨਾ ਅੱਜ ਕੋਈ ਰਹਿਮਤ ਪਾਈ ਲਾਡ ਨਾਲ ਜਦ ਪਿਤਾ ਨੂੰ ਤੱਕਿਆ ਪਾਇਆ ਡੂੰਘੇ ਵਹਿਣਾ ਅੰਦਰ ਲਾਡ ਨਾਲ ਜਦ ਪਿਤਾ ਨੂੰ ਤੱਕਿਆ ਪਾਇਆ ਡੂੰਘੇ ਵਹਿਣਾ ਅੰਦਰ ਗਿਣਤੀ ਮਿਣਤੀ ਕਰਦੇ ਹੋਵਣ ਜੀਕਣ ਕੋਈ ਅੰਦਰੋਂ ਅੰਦਰ ਪੰਡਿਤ ਵੀ ਪਹਿਲਾਂ ਨਹੀਂ ਤੱਕੇ ਮੱਥੇ ਤਿਲਕ ਲਿਲਾਟਾਂ ਵਾਲੇ ਇਹ ਵੀ ਡਾਢੇ ਦੁਖੀ ਜਾਪਦੇ ਰੋ ਰੋ ਕੇ ਕਿੰਜ ਦੀਦੇ ਗਾਲੇ ਹੌਲੇ ਹੌਲੇ ਪੁੱਛਣ ਲੱਗੇ ਕੌਣ ਨੇ ਇਹ ਔਰ ਕਿੱਥੋਂ ਆਏ ਹੌਲੇ ਹੌਲੇ ਪੁੱਛਣ ਲੱਗੇ ਕੌਣ ਨੇ ਇਹ ਔਰ ਕਿੱਥੋਂ ਆਏ ਕੀ ਇਹਨਾਂ ਦੀ ਉਲਝਣ ਹੈ ਵੇ ਕਿਉਂ ਇਹਨਾਂ ਦੇ ਮੂੰਹ ਮੁਰਝਾਏ ਆਪਦੇ ਚਿਹਰੇ ਉੱਤੇ ਵੀ ਤਾਂ ਗਮ ਦੀਆਂ ਰੇਖਾਵਾਂ ਦਿਸਣ ਨਿਰਣਾ ਲੈਣ 'ਚ ਅੜਚਣ ਜਾਪੇ ਭੀਸ਼ਮ ਵਾਂਗ ਅਦਾਵਾਂ ਦਿਸਣ
ਮਨ ਦਾ ਬੋਝ ਹੋਵੇਗਾ ਹਲਕਾ, ਜੇਕਰ ਸਾਂਝੀ ਵਾਲ ਬਣਾਓ। ਮੈਨੂੰ ਵੀ ਆਪਣੇ ਦੁੱਖ ਸੁੱਖ ਦਾ ਕੁਝ ਤਾਂ ਭਾਈ ਵਾਲ ਬਣਾਓ। ਬਾਲਾ ਪ੍ਰੀਤਮ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਹਿ ਰਹੇ ਨੇ, ਮਨ ਦਾ ਬੋਝ ਹੋਏਗਾ ਹਲਕਾ, ਜੇਕਰ ਸਾਂਝੀ ਵਾਲ ਬਣਾਓ। ਮੈਨੂੰ ਵੀ ਆਪਣੇ ਦੁੱਖ ਸੁੱਖ ਦਾ ਕੁਝ ਤਾਂ ਭਾਈ ਵਾਲ ਬਣਾਓ। ਬਾਲਾ ਪ੍ਰੀਤਮ ਜੀ ਨੇ ਜਾਣੀ ਪੰਡਤਾਂ ਦੀ ਜਦ ਰਾਮ ਕਹਾਣੀ, ਸੂਰਤ ਪਿਤਾ ਵਾਂਗ ਹੀ ਹੋਈ ਬਿਰਹਾ ਰੁੰਨੀ ਦਰਦ ਰੰਜਾਣੀ। ਕਹਿੰਦੇ ਦੱਸੋ ਪੂਜ ਪਿਤਾ ਜੀ, ਗੁੱਥੀ ਨੂੰ ਸੁਲਝਾਓਗੇ ਕਿੰਜ, ਰੋਂਦੇ ਪੈ ਜੋ ਬਿਪਰ ਨਿਮਾਣੇ, ਠੰਡ ਦਿਲਾਂ ਵਿੱਚ ਪਾਓਗੇ ਕਿੰਜ, ਗਊ ਗਰੀਬ ਦਾ ਪਾਰੋ ਤਾਰਾ, ਅੱਜ ਨਹੀਂ ਤਾਂ ਕੱਲ੍ਹ ਹੋਏਗਾ, ਆਖਰ ਇਸ ਸਮੱਸਿਆ ਦਾ ਵੀ ਕੁਝ ਨਾ ਕੁਝ ਤੇ ਹੱਲ ਹੋਏਗਾ। ਸਾਹਿਬਜ਼ਾਦੇ ਤਾਂ ਹੀ ਸਤਿਗੁਰ ਗਲਵਕੜੀ ਵਿੱਚ ਲੈ ਕੇ ਬੋਲੇ, ਪ੍ਰਸ਼ਨ ਤਾਂ ਇੰਨਾ ਜਟਿਲ ਨਹੀਂ, ਪਰ ਪ੍ਰਸ਼ਨ ਹੈ ਕੁੰਡੀ ਕਿਹੜਾ ਖੋਲੇ। ਸਾਹਿਬਜ਼ਾਦੇ ਤਾਂ ਹੀ ਸਤਿਗੁਰ ਗਲਵਕੜੀ ਵਿੱਚ ਲੈ ਕੇ ਬੋਲੇ, ਪ੍ਰਸ਼ਨ ਤਾਂ ਇੰਨਾ ਜਟਿਲ ਨਹੀਂ, ਪਰ ਪ੍ਰਸ਼ਨ ਹੈ ਕੁੰਡੀ ਕਿਹੜਾ ਖੋਲੇ। ਔਰੰਗਜ਼ੇਬ ਸਮੇਂ ਦਾ ਹਾਕਮ, ਪੱਥਰ ਦਿਲ ਤੇ ਅਤਿਆਚਾਰੀ, ਚੰਗੇਜ਼ ਖਾਨ ਤੋਂ ਵੱਧ ਕੇ ਜ਼ਾਲਮ, ਹਰਨਾਕਸ਼ ਤੋਂ ਵੱਧ ਅਹੰਕਾਰੀ, ਰਾਜ ਭਾਗ ਹਥਿਆਉਣ ਦੇ ਲਈ ਇਸ ਹੱਥ ਕੰਡੇ ਸਭ ਅਪਣਾਏ, ਮਾਂ ਪਿਓ ਜਾਏ ਸਕੇ ਭਰਾ ਵੀ ਇੱਕ ਇੱਕ ਕਰਕੇ ਮਾਰ ਮੁਕਾਏ, ਖੁਦਾ ਤਰਸ ਦਾਰੇ ਦਾ ਇਸਨੇ, ਬੇਤਰਸੀ ਨਾਲ ਘਾਤ ਸੀ ਕੀਤਾ, ਛੁਜਾ ਅਤੇ ਮੁਰਾਦ ਮਾਰਿਆ ਇਸ ਪਾਪੀ ਨੇ ਹੋ ਬਦਨੀਤਾ, ਆਪਣੇ ਅੱਬਾ ਸ਼ਾਹ ਜਹਾਨ ਨੂੰ ਤਖਤੋਂ ਲਾ ਬੰਦੀ ਵਿੱਚ ਪਾਇਆ, ਪਾਣੀ ਦੀ ਇੱਕ ਬੂੰਦ ਬੂੰਦ ਲਈ ਹੱਥ ਬੰਨ ਜੋ ਸੀ ਕਲ ਪਾਇਆ, ਬੁੱਢੇ ਤੇ ਬਿਮਾਰ ਬਾਪ ਨੂੰ ਕੋ ਮਾਰ ਮੁਕਾਏ, ਜਿਹੜਾ ਸਕੇ ਭਰਾਵਾਂ ਦੀ ਰੱਤ ਪੀ ਕੇ ਗੀਤ ਖੁਸ਼ੀ ਦੇ ਗਾਏ, ਜਿਹੜਾ ਸਰਮਦ ਜਹੇ ਅਲਮਸਤ ਦੀਵਾਨੇ ਸਾਈਂ ਰੰਗ ਵਿੱਚ ਰੱਤੇ ਹੋਏ, ਪਾਣੀ ਤੱਕ ਨਾ ਮੰਗ ਸਕੇ ਸੀ ਕਾਲੇ ਨਾਗ ਦੇ ਦੱਸੇ ਹੋਏ, ਜਿਸ ਦਾ ਕੋਈ ਦੀਨ ਨਹੀਂ ਹੈ, ਜਿਸ ਦਾ ਕੋਈ ਇਮਾਨ ਨਹੀਂ ਹੈ, ਐਸੇ ਪਾਮਰ ਤਾਂ ਹੀ ਮਿਲਣੀ ਢੋਈ ਕਿਸੇ ਜਹਾਨ ਨਹੀਂ ਹੈ। ਪਰਜਾ ਨੂੰ ਪ੍ਰਸੰਨ ਚਿੱਤ ਰੱਖਣਾ ਪ੍ਰਜਾਪਤੀ ਦਾ ਧਰਮ ਹੈ ਹੁੰਦਾ, ਪ੍ਰਜਾ ਨੂੰ ਪ੍ਰਸੰਨ ਚਿੱਤ ਰੱਖਣਾ ਪ੍ਰਜਾਪਤੀ ਦਾ ਧਰਮ ਹੈ ਹੁੰਦਾ, ਸਭ ਨੂੰ ਹੱਕ ਇਨਸਾਫ਼ ਦਿਵਾਉਣਾ ਸਭ ਤੋਂ ਪ੍ਰਮੁੱਖ ਕਰਮ ਹੈ ਹੁੰਦਾ। ਜਿਸ ਖੇਤੀ ਨੂੰ ਵਾੜ ਪਈ ਖਾਵੇ ਉਸਨੂੰ ਕਿੰਜ ਆਬਾਦ ਕਰੋਗੇ, ਹਾਕਮ ਹੀ ਜਲਾਦ ਬਣ ਜੇ ਫਿਰ ਕਿਸ ਨੂੰ ਫਰਿਆਦ ਕਰੋਗੇ। ਔਰੰਗਜ਼ੇਬ ਜਿਹਾ ਕੋਈ ਕਮੀਣਾ ਪੱਥਰ ਦਿਲ ਇਨਸਾਨ ਨਹੀਂ ਹੈ, ਮੂੜ ਮਤੀ ਨੂੰ ਰਾਹੇ ਪਾਉਣਾ ਕਾਰਜ ਕੋਈ ਆਸਾਨ ਨਹੀਂ ਹੈ। ਇਹ ਕਲਯੁਗ ਦਾ ਕੰਸ ਤੇ ਰਾਵਣ, ਇਹ ਦੁਸ਼ਾਸਨ ਦੁਰਯੋਧਨ ਹੈ, ਇਸ ਨੂੰ ਤਾਂ ਉਹੀਓ ਜਿੱਤ ਸਕੇ ਜਿੱਤਿਆ ਜਿਸਨੇ ਆਪਣਾ ਮਨ ਹੈ। ਗੁਰੂ ਮਹਾਰਾਜ ਕਹਿੰਦੇ ਹਨ, ਇਹ ਕਲਯੁਗ ਦਾ ਕੰਸ ਤੇ ਰਾਵਣ, ਇਹ ਦੁਸ਼ਾਸਨ ਦੁਰਯੋਧਨ ਹੈ, ਇਸ ਨੂੰ ਤਾਂ ਉਹੀਓ ਜਿੱਤ ਸਕੇ ਜਿੱਤਿਆ ਜਿਸਨੇ ਆਪਣਾ ਮਨ ਹੈ। ਜੇਕਰ ਕਿਸੇ ਅਸਾਧ ਰੋਗ ਨੂੰ ਕਾਮਲ ਵੈਦ ਹੀ ਮਿਟਾ ਸਕਦਾ ਹੈ, ਔਰੰਗਜ਼ੇਬ ਨਾਲ ਵੀ ਮੱਥਾ ਮਰਦੇ ਮੁਜਾਹਿਦ ਹੀ ਲਾ ਸਕਦਾ ਹੈ। 9 ਸਾਲਾਂ ਦੀ ਉਮਰ ਜਿਨ੍ਹਾਂ ਦੀ, ਬਾਲਾ ਪ੍ਰੀਤਮ ਗੋਬਿੰਦ ਰਾਏ ਸੁਣ ਕੇ ਬਚਨ ਪਿਤਾ ਸਤਿਗੁਰ ਦੇ ਵੇਖੋ ਮੰਦ ਮੰਦ ਮੁਸਕਾਏ, ਕਹਿੰਦੇ ਇਸ ਜ਼ਮਾਨੇ ਅੰਦਰ ਆਪ ਤੋਂ ਵੱਧ ਮਹਾਨ ਕੌਣ ਹੈ। ਕਹਿੰਦੇ
ਇਸ ਜਮਾਨੇ ਅੰਦਰ ਆਪ ਤੋਂ ਵੱਧ ਮਹਾਨ ਕੌਣ ਹੈ? ਉੱਚੀਆਂ ਸੁੱਚੀਆਂ ਸੁਰਤਾਂ ਵਾਲਾ ਬੁੱਧੀ ਥੀਂ ਬਲਵਾਨ ਕੌਣ ਹੈ? ਉੱਚੀਆਂ ਸੁੱਚੀਆਂ ਸੁਰਤਾਂ ਵਾਲਾ ਬੁੱਧੀ ਥੀਂ ਬਲਵਾਨ ਕੌਣ ਹੈ? ਆਪ ਗੁਰੂ ਨਾਨਕ ਦੇ ਵਾਰਸ ਜੋ ਲਾਲੋ ਦੀ ਬਾਂਸੀ ਬਣਿਆ, ਭੀੜ ਬਣੀ ਜਾਂ ਹਿੰਦੀਆਂ ਉੱਤੇ ਜੋ ਬਾਬਰ ਦੇ ਸਾਹਮਣੇ ਤਣਿਆ, ਬਾਬਰ ਦੀ ਗੱਦੀ ਦੇ ਵਾਰਸ ਮੁੜ ਪਾਈ ਵੰਗਾਰ ਪਿਤਾ ਜੀ, ਹਿੰਦੂ ਧਰਮ ਨੂੰ ਖਤਰਾ ਭਾਰੀ, ਜਿਵੇਂ ਹੋਏ ਲਓ ਸਾਰ ਪਿਤਾ ਜੀ, ਸਤਿਗੁਰੂ ਜੀ ਕਹਿੰਦੇ ਮੁਸਕਾ ਕੇ, ਮੈਂ ਕੀ ਹਾਂ ਕਿ ਮੈਂ ਨਾ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸਤਿਗੁਰ ਜੀ ਕਹਿੰਦੇ ਮੁਸਕਾ ਕੇ, ਮੈਂ ਕੀ ਹਾਂ ਕਿ ਮੈਂ ਨਾ ਜਾਣਾ। ਗੁਰੂ ਨਾਨਕ ਦੇ ਘਰ ਦੀ ਰੀਤੀ ਮਰਿਆਦਾ ਮੈਂ ਖੂਬ ਪਛਾਣਾ, ਇਹ ਤਾਂ ਸੱਚ ਕਿ ਔਰੰਗੇ ਦਾ ਕੋਈ ਧਰਮ ਅਰ ਦੀਨ ਨਹੀਂ ਹੈ, ਪਰ ਦਿੱਲੀ ਜਾ ਕੇ ਮੁੜ ਆਵਾਂਗਾ, ਇਸ ਦਾ ਕੋਈ ਯਕੀਨ ਨਹੀਂ ਹੈ। ਸੋ ਮੇਰੇ ਚਿੱਤ ਤਾਂ ਇਹੋ ਚਿੰਤਾ, ਤੂੰ ਮਗਰੋਂ ਰੁੱਲ ਖੋਲ ਨਾ ਜਾਵੇਂ। ਮੇਰੇ ਚਿੱਤ ਤਾਂ ਇਹੋ ਚਿੰਤਾ, ਤੂੰ ਮਗਰੋਂ ਰੁੱਲ ਖੁੱਲ ਨਾ ਜਾਵੇਂ। ਬਾਪ ਦਾ ਸਾਇਆ ਉੱਠਣ ਮਗਰੋਂ ਤੂੰ ਨਾ ਕਿਤੇ ਯਤੀਮ ਕਹਾਵੇਂ। ਖੇਡ ਮੱਲਣ ਦੀ ਉਮਰਾਂ ਤੇਰੀ, ਹੋਣੀ ਨੂੰ ਕੀ ਜਰ ਪਾਏਗਾ? ਸਿਰ 'ਤੇ ਭਾਰੀਆਂ ਪੰਡਾਂ ਚਾ ਕੇ ਮੰਝ ਧਾਰਾਂ ਕੀ ਤਰ ਪਾਏਗਾ? ਹੱਸ ਬੋਲੇ ਮੇਰੇ ਚੋਜੀ ਪ੍ਰੀਤਮ, ਮੇਰੀ ਫਿਕਰ ਨਾ ਕਰਨੀ ਕਾਈ। ਹੱਸ ਬੋਲੇ ਮੇਰੇ ਚੋਜੀ ਪ੍ਰੀਤਮ, ਮੇਰੀ ਫਿਕਰ ਨਾ ਕਰਨੀ ਕਾਈ। ਹਰ ਮੁਸ਼ਕਿਲ ਹਰ ਮੋੜ ਦੇ ਉੱਤੇ ਹੋਏਗਾ ਪ੍ਰਭੂ ਆਪ ਸਹਾਈ। ਜਿਸ ਕਰਤੇ ਪੈਦਾਇਸ਼ ਕੀਤੀ, ਆਪੇ ਉਹ ਪ੍ਰਤਪਾਲ ਕਰੇਗਾ। ਮੁਕਤ ਭੁਗਤ ਜੁਗਤ ਕਾ ਦਾਤਾ, ਨਦਰੀ ਨਜ਼ਰ ਨਿਹਾਲ ਕਰੇਗਾ। ਜੇ ਜਾਣੋ ਆਹੂਤੀ ਦਿੱਤਿਆਂ, ਬੁਝਦੇ ਦੀਵੇ ਜਗ ਸਕਦੇ ਨੇ। ਲੱਖਾਂ ਪੁੱਤ ਯਤੀਮ ਹੋਣ ਤੋਂ ਜੇਕਰ ਪਿਤਾ ਜੀ ਬਚ ਸਕਦੇ ਨੇ। ਬਾਲ ਗੋਬਿੰਦ ਰਾਏ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਹਿ ਰਹੇ ਨੇ, ਜੇ ਜਾਣੋ ਆਹੂਤੀ ਦਿੱਤਿਆਂ, ਬੁਝਦੇ ਦੀਵੇ ਜਗ ਸਕਦੇ ਨੇ। ਲੱਖਾਂ ਪੁੱਤ ਯਤੀਮ ਹੋਣ ਤੋਂ ਜੇਕਰ ਪਿਤਾ ਜੀ ਬਚ ਸਕਦੇ ਨੇ। ਗੋਬਿੰਦ ਰਾਏ ਯਤੀਮ ਕਹਾ ਕੇ ਭਾਰੀ ਫਖਰ ਮਹਿਸੂਸ ਕਰੇਗਾ। ਨਿਰੰਕਾਰ ਕਰਤਾਰ ਪ੍ਰਭੂ ਦਾ ਤੈ ਦਿਲ ਤੋਂ ਸਦ ਸ਼ੁਕਰ ਕਰੇਗਾ। ਸਿਰ ਦੇ ਕੇ ਜੇ ਰੁਕ ਸਕਦੀ ਏ, ਦੇਸ਼ ਧਰਮ ਦੀ ਹੋ ਰਹੀ ਹਾਨੀ, ਤਾਂ ਫਿਰ ਰੰਚਕ ਢਿੱਲ ਨਾ ਲਾਓ। ਜਾਓ ਵਾਰ ਦਿਓ ਜਿੰਦਗਾਨੀ, ਸਿਰ ਦੇ ਕੇ ਜੇ ਰੁਕ ਸਕਦੀ ਏ, ਦੇਸ਼ ਧਰਮ ਦੀ ਹੋ ਰਹੀ ਹਾਨੀ, ਤਾਂ ਫਿਰ ਰੰਚਕ ਢਿੱਲ ਨਾ ਲਾਓ। ਜਾਓ ਵਾਰ ਦਿਓ ਜਿੰਦਗਾਨੀ। ਔਰ ਗੋਬਿੰਦ ਰਾਏ ਦਾ ਤੱਕ ਕੇ ਜਿਗਰਾ, ਨਾਵੇਂ ਗੁਰ ਨਿਸ਼ਚਿੰਤ ਹੋ ਗਏ। ਸਾਈਂ ਦੇ ਸ਼ੁਕਰਾਨੇ ਅੰਦਰ ਕੁਝ ਪਲ ਨੇਤਰ ਮੂੰਦ ਖਲੋ ਗਏ। ਫਿਰ ਕਹਿੰਦੇ ਕਸ਼ਮੀਰੀ ਪੰਡਤੋ, ਹੋ ਬੇਫਿਕਰ ਘਰੋਂ ਨੂੰ ਜਾਓ। ਫਿਰ ਕਹਿੰਦੇ ਕਸ਼ਮੀਰੀ ਪੰਡਤੋ, ਹੋ ਬੇਫਿਕਰ ਘਰਾਂ ਨੂੰ ਜਾਓ। ਜਾ ਕੇ ਆਪਣੇ ਸੂਬੇ ਤਾਈਂ ਇਹ ਸਾਡਾ ਐਲਾਨ ਸੁਣਾਓ। ਸਾਡਾ ਗੁਰੂ ਹੈ ਤੇਗ ਬਹਾਦਰ, ਉਹ ਜਾਣੇ ਕੁਲ ਮਰਮ ਸਾਡਾ। ਉਸਦਾ ਕਰਮ ਕਰਮ ਹੈ ਸਾਡਾ, ਉਸਦਾ ਧਰਮ ਧਰਮ ਹੈ ਸਾਡਾ। ਆਨੰਦਪੁਰ ਨੂੰ ਈਨ ਮਨਾ ਲਓ, ਸਾਰਾ ਹਿੰਦ ਸਲਾਮ ਕਰੇਗਾ। ਜੇਕ ਗੁਰੂ ਨੂੰ ਦੀਨ ਮਨਾ ਲਓ, ਸਾਰਾ ਹਿੰਦ ਕਲਾਮ ਪੜ੍ਹੇਗਾ। ਆਨੰਦਪੁਰ ਨੂੰ ਈਨ ਮਨਾ ਲਓ, ਸਾਰਾ ਹਿੰਦ ਸਲਾਮ ਕਰੇਗਾ। ਜੇਕ ਗੁਰੂ ਨੂੰ ਦੀਨ ਮਨਾ ਲਓ,
ਸਾਰਾ ਹਿੰਦ ਕਲਾਮ ਪੜ੍ਹੇਗਾ, ਪਰ ਜਦ ਤੱਕ ਦਿੱਲੀ ਆਨੰਦਪੁਰ ਨੂੰ ਆਪਣਾ ਮਤਾ ਮਨਾ ਨਹੀਂ ਲੈਂਦੀ, ਜੋਬ ਜਬਰ ਦੀ ਤਾਕਤ ਜਦ ਤੱਕ ਸਬਰ ਸ਼ੁਕਰ ਅਜਮਾ ਨਹੀਂ ਲੈਂਦੀ। ਗੁਰੂ ਮਹਾਰਾਜ ਕਹਿੰਦੇ ਨੇ, ਜਦ ਤੱਕ ਦਿੱਲੀ ਆਨੰਦਪੁਰ ਨੂੰ ਆਪਣਾ ਮਤਾ ਮਨਾ ਨਹੀਂ ਲੈਂਦੀ, ਜ਼ੋਰ ਜਬਰ ਦੀ ਤਾਕਤ ਜਦ ਤੱਕ ਸਬਰ ਸ਼ੁਕਰ ਅਜਮਾ ਨਹੀਂ ਲੈਂਦੀ, ਤਦ ਤੱਕ ਕੋਈ ਤਿਲਕ ਨਾ ਉਤਰੇ, ਜੰਝੂ ਦਾ ਅਪਮਾਨ ਨਾ ਹੋਵੇ, ਵੇਦ ਪੁਰਾਣਾ ਹੋਏ ਨਾ ਹਾਨੀ, ਮੰਦਰ ਕਬਰਿਸਤਾਨ ਨਾ ਹੋਵੇ। ਆਖਰੀ ਲੈਣਾ ਨੇ, ਦੀਨਾ ਬੰਧੂ ਸਤਿਗੁਰ ਮੇਰੇ, ਇੰਜ ਦੀਨਾ ਦਾ ਬਣੇ ਸਹਾਰਾ, ਧਰਮਾਂ ਦੀ ਆਜ਼ਾਦੀ ਖਾਤਰ ਕੀਤਾ ਹੈ ਸੀ ਕਰਤਵ ਭਾਰਾ, ਸ਼ਹੀਦੀ ਦੇ ਇਤਿਹਾਸਾਂ ਅੰਦਰ ਜੁੜ ਗਈ ਸੀ ਇੱਕ ਅਜਬ ਕਹਾਣੀ, ਸਿਰ ਧਰ ਤਲੀ ਗਲੀ ਕਾਤਲ ਦੀ, ਤੁਰਿਆ ਸੀ ਜਦ ਤੇਗ ਦਾ ਹਾਣੀ, ਸ਼ਹੀਦਾਂ ਦੇ ਇਤਿਹਾਸਾਂ ਅੰਦਰ ਜੁੜ ਗਈ ਸੀ ਇੱਕ ਅਜਬ ਕਹਾਣੀ, ਸਿਰ ਧਰ ਤਲੀ ਗਲੀ ਕਾਤਲ ਦੀ, ਤੁਰਿਆ ਸੀ ਜਦ ਤੇਗ ਦਾ ਹਾਣੀ, ਬਾਂਹ ਪਕੜੀ ਦੀ ਲਾਜ ਗੁਰਾਂ ਨੇ, ਦੇ ਕੇ ਸੀਸ ਪੁਗਾਈ ਹੈ ਸੀ ਰਤ ਡੋਲ ਮੇਰੇ ਅਰਸ਼ੀ ਪ੍ਰੀਤਮ, ਡੁੱਬਦੀ ਹਿੰਦ ਬਚਾਈ ਹੈ ਸੀ, ਬਾਂਹ ਪਕੜੀ ਦੀ ਲਾਜ ਗੁਰਾਂ ਨੇ, ਦੇ ਕੇ ਸੀਸ ਪੁਗਾਈ ਹੈ ਸੀ ਰਤ ਡੋਲ ਮੇਰੇ ਅਰਸ਼ੀ ਪ੍ਰੀਤਮ, ਡੁੱਬਦੀ ਹਿੰਦ ਬਚਾਈ ਹੈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।